ਸੋਹਣਾ ਸਿੰਘ ਅਤੇ ਮੋਹਣਾ ਸਿੰਘ। ਮੇਰਾ ਨਾਮ ਸੋਹਣਾ ਸਿੰਘ ਹੈ। ਮੇਰਾ ਨਾਮ ਮੋਹਣਾ ਸਿੰਘ ਹੈ ਜੀ। ਹਮ ਕੋਈ ਅਲੱਗ ਕਿਸਮ ਕੇ ਇਨਸਾਨ ਨਹੀਂ ਹੈ, ਹਮ ਸੇਮ ਟੂ ਸੇਮ ਹੈ। 10th ਤੱਕ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਜਿਹੜਾ ਆਪਣੇ ਪਿੰਗਲਵਾੜਾ ਸੰਸਥਾ ਦੇ ਵਿੱਚ ਹੀ ਸਕੂਲ ਆ, ਭਗਤ ਪੂਰਨ ਸਿੰਘ ਗਦਰ ਸੀਨੀਅਰ ਸੈਕੰਡਰੀ ਸਕੂਲ। ਉੱਥੋਂ 10th ਤੱਕ ਅਸੀਂ ਮੈਟ੍ਰਿਕਸ ਪੜ੍ਹੇ। ਇਲੈਕਟ੍ਰੀਕਲ ਕੀ ਟ੍ਰੇਨਿੰਗ ਹਮਨੇ ਆਈ ਟੀ ਆਈ ਕੀ ਥੀ ਔਰ ਉਸਕੇ ਬਾਅਦ ਹਮਨੇ 220 ਕੇਵੀ ਵਰਪਾਲ ਸਬ ਸਟੇਸ਼ਨ ਇਲੈਕਟ੍ਰੀਕਲ ਬੋਰਡ ਉਸਮੇ ਟ੍ਰੇਨਿੰਗ ਕੀ ਥੀ। ਉਸ ਤੋਂ ਬਾਅਦ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਜੋਬ ਵਾਸਤੇ। ਸਾਰੇ ਸਟਾਫ ਵੱਲ ਬਹੁਤ ਚੰਗਾ, ਬਹੁਤ ਵਧੀਆ ਸਟਾਫ ਮਿਲਿਆ। ਜਦੋਂ ਪੈਦਾ ਹੋਏ ਇਹ 2 ਮਹੀਨੇ ਬਾਅਦ ਸਾਡੇ ਕੋਲ, 6 ਮਹੀਨੇ ਦੇ ਸੀ ਉਮਰ ਜਦੋਂ ਸਾਡੇ ਕੋਲ ਪਹੁੰਚ ਗਏ। ਅਤੇ ਉਸ ਤੋਂ ਬਾਅਦ ਇਹਨਾਂ ਨੂੰ ਪਾਲਣਾ, ਇਹਨਾਂ ਨੂੰ ਸੰਭਾਲਣਾ, ਏਮਸ ਦੇ ਵਿੱਚ ਸੀਗੇ ਦਾਖਲ ਅਤੇ ਉੱਥੋਂ ਦੇ ਜਿਹੜਾ ਨੇ ਰੂਲਸ ਬਣਾਏ ਸੀ ਉਹਦੇ ਮੁਤਾਬਕ ਇਹਨਾਂ ਨੂੰ ਸਾਂਭਣਾ। ਬਹੁਤ ਸਾਰੀਆਂ ਸੰਸਥਾਵਾਂ ਲੈਣ ਆਈਆਂ ਸੀਗੀਆਂ, ਉਦੋਂ ਸਰਕਸ ਵਾਲੇ ਵੀ ਗਏ ਹੋਣਗੇ, ਪਰ ਫਿਰ ਉਹਨਾਂ ਨੇ ਏਮਸ ਵਾਲਿਆਂ ਨੇ ਪਿੰਗਲਵਾੜਾ ਸੰਸਥਾ ਨੂੰ ਹੀ ਚੁਣਿਆ ਹੈਗਾ। ਜਦੋਂ ਵੱਡੇ ਹੋ ਗਏ ਤਾਂ ਇਸ ਕਮਰੇ 'ਚੋਂ ਫਿਰ ਹੋਸਟਲ 'ਚ ਭੇਜ ਦਿੱਤਾ। ਫਿਰ ਇਹ ਆਪਣੇ ਬਾਕੀ ਸਾਥੀਆਂ ਨਾਲ ਇੰਟਰੈਕਟ ਕਰਨ ਲੱਗੇ, ਇਹਨਾਂ ਦੀ ਸੋਚ ਥੋੜ੍ਹੀ ਜਿਹੀ ਵਧੀਆ ਹੋਈ। ਇਹ ਮੈਂਟਲੀ ਬਹੁਤ ਜ਼ਿਆਦਾ ਐਕਟਿਵ ਨੇ। ਮੈਂ ਦੇਖਿਆ ਇਹਨਾਂ ਦਾ ਬਿਜਲੀ 'ਚ ਇੰਟਰਸਟ ਆ, ਫਿਰ ਮੈਂ ਕਿਹਾ ਵੀ ਇਹਨਾਂ ਨੂੰ ਡਿਪਲੋਮਾ 'ਚ ITI ਕਾਲਜ 'ਚ ਦਾਖਲ ਕਰਾ ਦਿੱਤਾ। ਬਿਜਲੀ ਮਹਿਕਮੇ 'ਚੋਂ ਆਪੇ ਗੱਲ ਕਰ ਰਹੇ ਚੀਫ ਇੰਜੀਨੀਅਰ ਨਾਲ, ਮਤਲਬ ਇੰਨਾ ਇਹਨਾਂ 'ਚ ਹੌਸਲਾ ਵੱਧ ਗਿਆ, ਹੁਣ ਕਿਸੇ ਨਾਲ ਵੀ ਗੱਲ ਕਰ ਸਕਦੇ ਆ। ਸਰਕਾਰ ਨੂੰ ਵੀ ਇਹੀ ਹੈ ਕਿ ਸਰਕਾਰ ਸਾਰਿਆਂ ਨੂੰ ਨੌਕਰੀਆਂ ਦੇਵੇ।